ਸ਼ੋਲੇ ਫਿਲਮ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਸਿੰਘ ਦਿਓਲ ਲੁਧਿਆਣਾ ਪਹੁੰਚੇ, ਜਿੱਥੇ ਉਹਨਾਂ ਨੇ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਤੇ ਸਮਾਗਮ ਦੇ ਦੌਰਾਨ ਧਰਮਿੰਦਰ ਸਿੰਘ ਦਿਓਲ ਭਾਵੁਕ ਹੁੰਦੇ ਵੀ ਦਿਖਾਈ ਦਿੱਤੇ, ਕਿਉਂਕਿ ਧਰਮਿੰਦਰ ਸਿੰਘ ਦਿਓਲ ਨੇ ਆਪਣੀ ਜ਼ਿੰਦਗੀ ਦੀਆਂ ਪੁਰਾਣੀਆਂ ਯਾਦਾਂ ਨੂੰ ਲੋਕਾਂ ਨਾਲ ਸਾਂਝਾ ਕੀਤਾ। ਧਰਮਿੰਦਰ ਨੇ ਦੱਸਿਆ ਕਿ ਸਕੂਲ ਟਾਈਮ ਉਹਨਾਂ ਨੂੰ ਆਪਣੇ ਮਾਸਟਰ ਦੀ ਕੁੜੀ ਨਾਲ ਪਿਆਰ ਹੋ ਗਿਆ ਸੀ, ਜੋ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਸਮੇਂ ਪਾਕਿਸਤਾਨ ਚਲੀ ਗਈ ਸੀ। ਉਹ ਤਾਲਿਬਾ ਸੀ ਆਠਵੀਂ ਕੀ, ਮੈਂ ਛੱਠੀ ਮੈਂ ਪੜ੍ਹਦਾ ਥਾ। ਹਮਾਰੇ ਸਕੂਲ ਟੀਚਰ ਕੀ ਬੇਟੀ ਥੀ, ਨਾਮ ਹਮੀਦਾ ਥਾ। ਜਿਵੇਂ ਹੀ ਮੁਸਕਰਾ ਦੇ ਤੀ ਮੈਂ ਕਲਾਸ ਚਲਾ ਗਿਆ ਥਾ। ਉਹ ਚੁੱਪ ਰਹਿਤੀ ਮੈਂ ਸਰ ਝੁਕਾ ਲੇਤਾ, ਪਾਉਂ ਕੇ ਅੰਗੂਠੇ ਸੇ ਜ਼ਮੀਨ ਕੋ ਰੇਖਤਾ ਰਹਿਤਾ। ਉਹ ਕਹਿਤੀ ਕਿਉਂ ਸਵਾਲ ਹੱਲ ਨਹੀਂ ਹੋ ਗਿਆ, ਲੈ ਦੇਖ ਆਪਣੀ, ਮੈਂ ਹਲਕੇ ਵਿੱਚ ਸਵਾਲ ਕਰਾਂ। ਸਵਾਲ ਤੋਂ ਥਾ ਉਸਨੇ ਵੀ ਸਮਝਿਆ, ਛੱਠੀ ਕਲਾਸ ਕਾ ਸਟੂਡੈਂਟ ਹੈ, ਸਵਾਲ ਹੱਲ ਨਹੀਂ ਹੋ ਗਿਆ। ਕਿਉਂ ਸਵਾਲ ਹੱਲ ਨਹੀਂ ਹੋ ਤੇਰਾ, ਲੈ ਦੇਖ ਆਪਣੀ, ਮੈਂ ਹਲਕੇ ਦੇ ਤੂੰ ਸਵਾਲ ਤੇਰਾ। ਦੇਖਦੇ ਹੋਏ ਕਾਫੀ ਲਮਸ ਉਂਗਲੀਆਂ ਕਾ ਉਸਕੀ, ਲਮਸ ਦੇਖਦੇ ਹੋਏ ਕਾਫੀ ਲਮਸ ਉਂਗਲੀਆਂ ਕਾ ਉਸਕੀ, ਛੂ ਜਾਤਾ ਜਾਹੇ ਕਿਆ ਹੋ ਜਾਤਾ। ਵੋ ਪੂਛਤੀ ਕੁਛ ਔਰ ਥੀ, ਮੈਂ ਕਹਿ ਕੁਛ ਔਰ ਜਾਤਾ। ਵੋ ਫਿਰ ਚੁੱਪ ਹੋ ਜਾਤੀ, ਮੈਂ ਫਿਰ ਸਰ ਝੁਕਾ ਦੇਤਾ। ਉਹ ਕਹਿਤੀ ਉਦਾਸ ਬਸ ਹੋ, ਅਭੀ ਵਕਤ ਹੈ ਤੇਰੇ ਇਮਤਿਹਾਨ ਹੈ, ਸਭ ਠੀਕ ਹੋ ਜਾਏਗਾ। ਫਿਰ ਕਭੀ ਕੋਈ ਸਵਾਲ ਹੱਲ ਨਾ ਹੋਗਾ, ਚਲੇ ਆਨਾ, ਮੈਂ ਹੱਲ ਕਰ ਤੁਹਾਡੀ ਸਵਾਲ ਕਰਾਂ। ਉਹ ਕਹਿਤੀ ਉਹ ਚਲੀ ਜਾਤੀ, ਮੈਂ ਦੇਖਤਾ ਰਹਿਤਾ। ਉਹ ਉਜਵਲ ਹੋ ਜਾਤੀ, ਮੈਂ ਸੋਚਦਾ ਰਹਿਤਾ, ਸਵਾਲ ਕਿਆ ਹੈ ਇਹ ਅਨੋਖੀ ਕੋਸ਼ਿਸ਼, ਇਹ ਅਣਜਾਣਾ ਅਹਿਸਾਸ, ਇਹ ਕਿਆ ਹੈ। ਫਿਰ ਕਹਿੰਦਾ ਪੁੱਛੇ ਹਮੀਦਾ, ਜਿਸ ਦਿਨ ਸਵਾਲ ਕਾ ਮਤਲਬ ਸਮਝ ਆ ਗਿਆ, ਹਲਕੇ ਜਿਹੇ ਚਲਾਉਂਗਾ, ਪਾਕਿਸਤਾਨ ਬਣ ਗਿਆ। ਹਮੀਦਾ ਚਲੀ ਗਈ ਔਰ ਮੁਝੇ ਮੇਰੇ ਸਵਾਲ ਕਾ ਮਤਲਬ ਸਮਝ ਆ ਗਿਆ। ਇਹਦੀ ਮਿੱਠੀ ਇਹਦਾ ਕਣ ਕਣ ਮੇਰੇ ਦਿਲ ਸਮਾਇਆ ਹੋਇਆ, ਇਹਦੇ ਬਾਰੇ ਮੈਂ ਜ਼ਿਆਦਾ ਕੁਛ ਵੀ ਨਾ ਹੋਇਆ ਲਿਖਾਣਾ। ਪਹਿਲਾ ਸ਼ਹਿਰ ਜਿੱਥੇ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਫਿਲਮ ਸ਼ਰੀਰ ਮਿਨਰਵਾ ਸਿੰਘ ਵਿੱਚ ਦੇਖੀ ਸੀ। ਔਰ ਮਿਨਰਵਾ ਸਿੰਘ ਮੈਂ ਵੀ ਉੱਥੇ ਨਹੀਂ ਦੋਸਤੋ, ਇਹ ਪੁਰਾਣੇ ਸਿਨਮੇ ਮੇਰੇ ਮੰਦਿਰ ਸੀ, ਜਿੱਥੋਂ ਮੈਨੂੰ ਪ੍ਰੇਰਣਾ ਮਿਲੀ, ਜਿੱਥੋਂ ਮੈਂ ਦਲੀਪ ਸਾਹਿਬ ਨੂੰ ਦੇਖਿਆ ਬੜੀ ਬੜੀ ਫਿਲਮ ਸ਼ਰੀਰ 'ਚ, ਜਿੱਥੋਂ ਮੇਰੇ ਦਿਲ 'ਚ ਇੱਕ ਉਜਾਗਰ ਹੋਇਆ ਕਿ ਮੈਂ ਯਾਰ ਇਹਨਾਂ ਵਰਗੀਆਂ ਇਹਨਾਂ ਜਾਣਾ ਚਾਹੀਦਾ। ਮੈਂ ਅੱਗੇ ਵੀ ਕਈ ਜਗ੍ਹਾ ਪ੍ਰੋਗਰਾਮਾਂ 'ਚ ਕਹਿ ਚੁੱਕਿਆ ਕਿ ਨੌਕਰੀ ਕਰਦਾ, ਸਾਈਕਲ ਫਲਾਤਾ ਜਾਤਾ, ਫਿਲਮੀ ਪੋਸਟਰਸ ਮੈਂ ਆਪਣੀ ਝਲਕ ਦੇਖਦਾ, ਰਾਤੋਂ ਕੋ ਜਾਗਤਾ, ਅਨਹੋਨੇ ਖਾਬ ਦੇਖਦਾ, ਸੁਬਹ ਕਰ ਆਈਨੇ ਸੇ ਪੁੱਛਦਾ ਮੈਂ ਦਲੀਪ ਕੁਮਾਰ ਬਣ ਸਕਦਾ। ਸ਼ਾਇਦ ਮੇਰੀ ਬੱਤੀ ਕਹਿੰਦਾ ਭਾਜੀ ਤੁਸੀਂ ਘਰ ਬੰਗਲਾ ਸੋਹਣਾ ਬਣਾ ਲਿਆ, ਇਹਦਾ ਨਾਂ ਨਹੀਂ ਰੱਖਿਆ। ਮੈਂ ਯਾਰ ਕੀ ਨਾਂ ਰੱਖਣਾ ਹੁਣ, ਸਾਡੇ ਪਿੰਡਾਂ 'ਚ ਅਸੀਂ ਰੱਖਦੇ ਨਹੀਂ ਹੁੰਦੇ ਨਾਂ ਕੀ ਹੈ। ਕਹਿੰਦਾ ਮੈਂ ਦੱਸਾਂ ਇੱਕ ਨਾਂ, ਮੈਨੂੰ ਮਿਲਣ ਵਾਲੇ ਬਹੁਤ ਆਉਂਦੇ ਸੀ ਪਿੰਡਾਂ ਤੋਂ, ਇੱਧਰੋਂ ਪੰਜਾਬ ਤੋਂ ਮੇਰੇ ਘਰ ਸਾਰੇ ਆਉਂਦੇ ਸੀ। ਕਹਿੰਦੇ ਇਹਦਾ ਨਾਂ ਧਰਮਸਲਾ ਰੱਖ ਦਿਓ, ਉਹ ਕਹਿ ਕੇ ਨੱਠ ਗਿਆ, ਉਹ ਦੂਰ ਖੜਾ ਜਾ ਕੇ ਮੈਂ ਉਹਨੂੰ ਫੜਿਆ ਗਿਆ। ਕਹਿੰਦਾ ਨਹੀਂ ਹੈ ਤਾਂ ਧਰਮਸਲਾ ਹੀ। ਮਾਂ ਕੀ ਗਰਮ ਗੋਦ ਮੇਂ ਨੀਂਦ ਸੀ ਆਨੇ ਲਗੀ, ਤੋ ਮਾਂ ਨੇ
सर सहलाते हुए कहा, धर्म वो देख तेरे गांव के बच्चे बूढ़े सब हैं खड़े तुझसे मिलने के लिए, जा उनसे मिला। मैं चला गया। फिर वही बात है, धर्मेंद्र तो आए नहीं बच्चे, हर साल तेरा इंतजार कर रहे थी, कई तरह इंतजार कर रही चले गए। फिर गिले शिकवे जज्बात भरे होने लगे, नम हो गई आंखें, नहीं आंसू उनके भी बहन। फिर स्कूल जाते बच्चों में अचानक खुद को देख लिया, रहा न गया, आवाज दी, धर्म धर्म तौर पर मेरे पास आ गया। उठा लिए बाहों, बेच लिए सीने से, लिपटते ही गले वो रो दिया, कहां चले गए थे, क्यों चले गए थे, अब छोड़ देना जाना मुझे। डब डबाई आंखों में, फिर पिघलते पिघलते सब कुछ पिघल गया। मैं अपने कमरे में गुमसुम तन्हा उदास बैठा था, तन्हाई आंसू पहुंच रही थी, कहती भूल जा धर्म, तेरा वो मासूम माजी अब कभी लौट के ना आएगा, कभी लौट के ना आएगा। यहां किसी बहाने चला आता हूं, मां याद आज मुझे 60 साल हो गए अपनी मातृभूमि से, अपनी जन्मभूमि से, मातृभूमि तो मेरी भारत है, अपनी जन्मभूमि से बिछड़े हुए। जब जब मौका मिलता है आशीर्वाद लेने चला आता हूं, आज फिर एक मौका मिला है, आज फिर आशीर्वाद लेने के लिए आया हूं। बहुत दुआएं देती है धरती मुझे, इसके आशीर्वाद से चल रहा हूं। और ऐसे ही पंजाबी बन के, एक जाट बन के, एक धर्मेंद्र बन के जी रहा हूं, और पूरी इंडस्ट्री